ਹਾਂਜੀ ਪਿਆਰੇ ਵਿਦਿਆਰਥੀਓ, ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ। ਸੋ ਜੇ ਤੁਸੀਂ ਵੀ ਕੀਤੀ ਹੋਈ ਹੈ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਤਾਂ ਇਹ ਵੀਡੀਓ ਤੁਹਾਡੇ ਲਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਯਾਨੀ ਕਿ PSPCL ਵੱਲੋਂ ਇੱਕ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ, ਜਿਸ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ 27 ਅਗਸਤ 2024 ਤੋਂ। ਤਾਂ ਇਹ ਪੋਸਟਾਂ ਨੇ ਸਹਾਇਕ ਇੰਜੀਨੀਅਰ ਮਤਲਬ ਅਸਿਸਟੈਂਟ ਇੰਜੀਨੀਅਰਿੰਗ ਇਲੈਕਟ੍ਰੀਕਲ ਦੀਆਂ, ਅਤੇ ਪੋਸਟਾਂ ਦੀ ਜਿਹੜੀ ਗਿਣਤੀ ਹੈ ਉਹ ਹੈ ਜੀ 100। ਸੋ ਸਾਰੀ ਕੰਪਲੀਟ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲਣ ਵਾਲੀ ਹੈ। ਸੋ ਬਿਨਾਂ ਸਕਿੱਪ ਕੀਤੇ ਵੀਡੀਓ ਧਿਆਨ ਨਾਲ ਸੁਣੋ। ਤਾਂ ਜੀ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰਨਾ 27 ਅਗਸਤ ਤੋਂ ਲੈ ਕੇ 16 ਸਪਟੰਬਰ 2024 ਤੱਕ, ਠੀਕ ਹੈ ਜੀ। ਫੀਸ ਭਰਨ ਦੀ ਜਿਹੜੀ ਅੰਤਿਮ ਮਿਤੀ ਹੈ ਉਹ ਹੈ 19 ਸਪਟੰਬਰ 2024। ਸੋ ਇਹਨਾਂ 100 ਪੋਸਟ ਦੇ ਵਿੱਚੋਂ 50 ਪੋਸਟ ਜਿਹੜੀ ਹੈਗੀਆਂ ਨੇ ਉਹ ਜਨਰਲ ਕੈਟਾਗਰੀ ਲਈ ਨੇ, ਅਤੇ ਬਾਕੀ 50 ਪੋਸਟ ਜਿਹੜੀ ਹੈਗੀਆਂ ਉਹ EWS SC BC ਐਕਸ ਸਰਵਿਸਮੈਨ ਅਤੇ ਫਿਜ਼ੀਕਲੀ ਹੈਂਡੀਕੈਪ ਜਿਹੜੀ ਕੈਟਾਗਰੀ ਹੈ ਉਹਨਾਂ ਦੇ ਲਈ ਨੇ। ਨਾਲ ਹੀ ਕੁਛ ਪੋਸਟਾਂ ਸਪੋਰਟਸ ਕੋਟਾ ਲਈ ਵੀ ਨੇ, ਠੀਕ ਹੈ ਜੀ। 100 ਦੇ ਵਿੱਚੋਂ 34 ਪੋਸਟ ਜਿਹੜੀ ਹੈਗੀਆਂ ਉਹ ਫੀਮੇਲ ਕੈਂਡੀਡੇਟ ਲਈ ਰਿਜ਼ਰਵ ਨੇ। ਏਜ ਲਿਮਿਟ ਦੀ ਗੱਲ ਕਰੀਏ ਤਾਂ 18 ਸਾਲ ਤੋਂ ਲੈ ਕੇ 37 ਸਾਲ ਤੱਕ ਤੁਹਾਡੀ ਏਜ ਲਿਮਿਟ ਹੋਣੀ ਚਾਹੀਦੀ ਹੈ ਜਨਰਲ ਕੈਟਾਗਰੀ ਦੇ ਲਈ, ਅਤੇ ਬਾਕੀ ਕੈਟਾਗਰੀ ਲਈ ਜੋ ਰਿਜ਼ਰਵੇਸ਼ਨ ਰੂਲਸ ਦੇ ਮੁਤਾਬਕ ਏਜ ਦਾ ਰਿਲੈਕਸੇਸ਼ਨ ਹੈ ਉਹ ਬਿਲਕੁਲ ਇੱਥੇ ਵੀ ਐਪਲੀਕੇਬਲ ਹੋਵੇਗੀ ਅਕੋਰਡਿੰਗ ਟੂ ਪੰਜਾਬ ਰੂਲਸ। ਹੁਣ ਆਪਾਂ ਗੱਲ ਕਰੀਏ ਫੀਸ ਦੀ, ਤਾਂ ਅਪਲਾਈ ਕਰਨ ਦੇ ਲਈ ਜੋ ਫੀਸ ਲੱਗੇਗੀ ਉਹ ਹੋਵੇਗੀ ਆਲ ਕੈਟੇਗਰੀ ਐਕਸੈਪਟ SC ਐਂਡ ਪਰਸਨ ਵਿਦ ਡਿਸੇਬਿਲਿਟੀ, ਤਾਂ ਇਹਨਾਂ ਲਈ ਫੀਸ ਹੋਵੇਗੀ ਜੀ 2360 ਰੁਪਈਏ। ਅਤੇ ਇਕੱਲੀ SC ਕੈਟੇਗਰੀ ਅਤੇ ਡਿਸੇਬਲ ਕੈਟੇਗਰੀ ਵਿੱਚ ਜਿਨ੍ਹਾਂ ਸਟੂਡੈਂਟਸ ਨੇ ਅਪਲਾਈ ਕਰਨਾ ਹੈ ਉਹਨਾਂ ਦੇ ਲਈ ਫੀਸ ਹੋਵੇਗੀ 1652 ਰੁਪਏ। ਅਗਲਾ ਜੋ ਬਹੁਤ ਇੰਪੋਰਟੈਂਟ ਪੁਆਇੰਟ ਹੈ ਉਹ ਹੈ ਜੀ ਗੇਟ ਦੇ ਤੁਹਾਡੇ 2024 ਦੇ ਮਾਰਕਸ। ਇਹ ਪੋਸਟਾਂ ਸਿਰਫ ਉਹਨਾਂ ਲਈ ਨੇ ਜਿਨ੍ਹਾਂ ਨੇ ਜਨਰਲ ਕੈਟੇਗਰੀ ਦੇ ਵਿੱਚ ਜਾਂ EWS ਦੇ ਵਿੱਚ 25.70 ਅਗਰ ਤੁਸੀਂ ਕੱਟ ਆਫ ਪ੍ਰਾਪਤ ਕੀਤੀ ਹੈ ਗੇਟ 2024 ਦੇ ਇਗਜ਼ਾਮ ਦੇ ਵਿੱਚ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। EWS ਐਕਸ ਸਰਵਿਸਮੈਨ BC ਅਤੇ ਸਪੋਰਟਸ ਕੈਟੇਗਰੀ ਜਿਹੜੀ ਹੈਗੀ ਹੈ ਨਾਲ ਹੀ ਫਰੀਡਮ ਫਾਈਟਰ, ਤਾਂ ਇਹਦੇ ਲਈ 23.10 ਤੁਹਾਡੀ ਕੱਟ ਆਫ ਹੋਣੀ ਚਾਹੀਦੀ ਹੈ ਗੇਟ 2024 ਦੇ ਵਿੱਚ। ਅਤੇ SC ST ਅਤੇ ਫਿਜ਼ੀਕਲ ਡਿਸੇਬਲ ਜੋ ਕੈਟੇਗਰੀ ਹੈ ਇਹਨਾਂ ਲਈ ਹੋਣੀ ਚਾਹੀਦੀ ਜੀ 17.10 ਕੱਟ ਆਫ ਇਨ ਗੇਟ 2024। ਵਿੱਦਿਅਕ ਯੋਗਤਾ ਦੀ ਗੱਲ ਕਰੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ BE ਜਾਂ ਫਿਰ BTECH ਜਾਂ ਫਿਰ BSC ਇੰਜੀਨੀਅਰਿੰਗ ਇਨ ਇਲੈਕਟ੍ਰੀਕਲ ਔਰ ਇਲੈਕਟ੍ਰੋਨਿਕਸ, ਠੀਕ ਹੈ ਜੀ। ਇਹ ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਸਿਲੈਕਸ਼ਨ ਪ੍ਰੋਸੈਸ ਕੈਂਡੀਡੇਟ ਹੂ ਫੁਲਫਿਲ ਦਾ ਕ੍ਰਾਈਟੇਰੀਆ ਵਿਦ ਰਿਸਪੈਕਟ ਟੂ ਗੇਟ 2024, ਤਾਂ ਜੇ ਤੁਸੀਂ ਗੇਟ 2024 ਦੇ ਵਿੱਚ ਜੋ ਕ੍ਰਾਈਟੇਰੀਆ ਡਿਸਾਈਡ ਕੀਤਾ ਗਿਆ ਉਹ ਕੱਟ ਆਫ ਪ੍ਰਾਪਤ ਕੀਤੀ ਹੋਈ ਹੈ ਤਾਂ ਹੀ ਤੁਸੀਂ ਇਸ ਜਿਹੜੀ ਪੋਸਟ ਹੈ ਇਹਦੇ ਲਈ ਤੁਸੀਂ ਪ੍ਰੀਖਿਆ ਦੇ ਲਈ ਐਲੀਜੀਬਲ ਹੋਵੋਗੇ, ਠੀਕ ਹੈ। ਜਿਸ ਦਾ ਐਡਵਰਟਾਈਜ਼ਮੈਂਟ ਨੰਬਰ ਹੈ CRA 310/2024। ਸੋ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਅਤੇ ਹੋਰ ਕਿਸੇ ਵੀ ਇਨਫੋਰਮੇਸ਼ਨ ਦੇ ਲਈ ਤੁਸੀਂ ਥੰਬਨੇਲ ਦਿੱਤੇ ਹੋਏ ਨੰਬਰ ਦੇ ਉੱਪਰ ਵਟਸਐਪ ਮੈਸੇਜ ਕਰਨਾ ਹੈ। ਕੋਈ ਵੀ ਡਿਟੇਲ ਤੁਹਾਨੂੰ ਚਾਹੀਦੀ ਹੋਵੇ ਤੁਹਾਨੂੰ ਵਟਸਐਪ 'ਤੇ ਮਿਲ ਜਾਵੇਗੀ। ਸੋ ਸਟੱਡੀ ਮਟੀਰੀਅਲ ਦੇ ਲਈ ਵੀ ਵਟਸਐਪ ਦੇ ਉੱਪਰ ਦਿੱਤੇ ਗਏ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਥੈਂਕ ਯੂ, ਥੈਂਕਸ ਫੋਰ ਵਾਚਿੰਗ।